ਦੀਪ ਸਿੱਧੂ ਅ ਦੇ ਉੱਪਰ ਕਾਫੀ ਕਮੈਂਟਸ ਆ ਰਹੇ ਆ ਔਰ ਮੈਂ ਗੁਰੂ ਸਾਹਿਬ ਆਪਣੀ ਗੁਰਦੁਆਰੇ ਦੇ ਵਿੱਚ ਇੱਕ ਸਪੀਚ ਦਿੱਤੀ ਸੀ ਔਰ ਉਹਦੇ ਵਿੱਚ ਮੈਂ ਇਹ ਗੱਲ ਕੀਤੀ ਸੀ ਕਿ ਆਪਾਂ ਸ਼ਹੀਦ ਕਿਹਨੂੰ ਕਹਿੰਦੇ ਆ ਇਹ ਤਾਂ ਥੋੜਾ ਜਿਹਾ ਆਪਾਂ ਧਿਆਨ ਰੱਖੀਏ ਮੈਂ ਸੈਬਜ਼ਾਦਿਆਂ ਦੀ ਗੱਲ ਕੀਤੀ ਸੀ ਹਰੀ ਸਿੰਘ ਨਰੂਏ ਦੀ ਗੱਲ ਕੀਤੀ ਸੀ ਔਰ ਲੋਕਾਂ ਨੇ ਇਹ ਚੀਜ਼ ਨੂੰ ਦੀਪ ਸਿੱਧੂ ਦੇ ਨਾਲ ਅਟੈਚ ਕਰ ਲਿਆ ਉਰੋਂ ਨਾਲੇ ਕਿਹਾ ਕਿ ਮੈਂ ਦੀਪ ਸਿੱਧੂ ਬਾਰੇ ਕਹਿ ਰਿਹਾ ਕਿ ਦੀਪ ਸਿੱਧੂ ਨੂੰ ਕਿਉਂ ਸ਼ਹੀਦ ਕੀਤਾ ਗਿਆ ਔਰ ਮੈਂ ਤਾਂ ਉਹਨੇ ਇੱਕ ਗੱਲ ਯਾਦ ਕਰਾਦਾ ਤੁਸੀਂ ਭੁੱਲੇ ਨਾ ਹੋਇਓ ਕਿਉਂਕਿ ਮੈਨੂੰ ਮੈਨੂੰ ਇਹੋਂ ਤੋਂ ਬਹੁਤ ਦਰਦ ਹੋਇਆ ਸੀ ਕਿਉਂਕਿ ਕਿਸਾਨੀ ਅੰਦੋਲਨ ਚ ਮੇਰੇ ਹੱਥਾਂ ਚ ਹੱਥਾਂ ਚ ਬਜ਼ੁਰਗ ਬਜ਼ੁਰਗਾਂ ਦੀਆਂ ਜਾਨਾਂ ਗਈਆਂ ਸੀ ਮੇਰੇ ਹੱਥਾਂ ਦੇ ਵਿੱਚ ਅੱਧੀ ਅੱਧੀ ਰਾਤ ਨੂੰ ਲੋਕਾਂ ਦੇ ਟਾਂਕੇ ਲਾਉਂਦੇ ਸੀ ਸਾਡੀ ਟੀਮ ਅੱਧੀ ਅੱਧੀ ਰਾਤ ਨੂੰ ਦੀਪ ਸਿੱਧੂ ਨੇ ਕਿਹਾ ਸੀ ਕਿ ਉਹ ਲੋਕਾਂ ਨੂੰ ਸ਼ਹੀਦ ਨਹੀਂ ਕਹਿੰਦਾ ਯਾਦ ਭੁੱਲ ਗਿਆ ਕਿ ਯਾਦ ਆ ਔਰ ਬੜੀ ਵਧੀਆ ਐਕਸਪਲੇਨੇਸ਼ਨ ਵੀ ਦਿੱਤੀ ਸੀ ਉਹਨਾਂ ਨੇ ਉਹਨਾਂ ਨੇ ਕਿਹਾ ਸੀ ਕਿ ਮੈਂ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਲੋਕ ਸ਼ਹੀਦ ਹੋਏ ਉਹਦੀ ਰਿਸਪੈਕਟ ਕਰਦਾ ਪਰ ਸ਼ਹੀਦ ਦਾ ਦਰਜਾ ਮੈਂ ਗੁਰੂ ਸਾਹਿਬ ਨੂੰ ਦੇ ਸਕਦਾ ਗੁਰੂ ਅਰਜਨ ਪਾਤਸ਼ਾਹ ਦੀ ਗੱਲ ਕੀਤੀ ਸੀ ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਗੱਲ ਕੀਤੀ ਸੀ ਕਰਤਾਰ ਸਿੰਘ ਸਰਾਬੇ ਦੀ ਤੇਪਾ ਗੱਜਿੰਦੀ ਗੱਲ ਕੀਤੀ ਸੀ ਕਿ ਕਿਸਾਨਾਂ ਨੂੰ ਜਿਹੜੇ ਸਾਡੇ ਹੱਥਾਂ 'ਚ ਮਰੇ ਸੀ ਸਾਡੀ ਕੌਮ ਦੇ ਲਈ ਮਰੇ ਸੀ ਸਾਡੀ ਕਿਸਾਨੀ ਦੇ ਲਈ ਮਰੇ ਸੀ ਪੰਜਾਬ ਦੇ ਲਈ ਮਰੇ ਸੀ ਅਣਖ ਲਈ ਮਰੇ ਸੀ ਉਹ ਸ਼ਹੀਦ ਨੇ ਆ ਇਹ ਦੀਪ ਸਿੱਧੂ ਦੀ ਸੋਚ ਸੀ ਔਰ ਦੀਪ ਸਿੱਧੂ ਨੇ ਕਹਾ ਸੀ ਔਰ ਬਹੁਤ ਲੋਕ ਸ਼ਾਇਦ ਇਸ ਸੋਚ ਨਾਲ ਸੋਚ ਵੀ ਰੱਖਦੇ ਹੋਣ ਕਿ ਗੁਰੂ ਸਾਹਿਬ ਦਾ ਜਿਹੜਾ ਦਰਜਾ ਵਾਜਾ ਸ਼ਹੀਦਾਂ ਦਾ ਦਰਜਾ ਵਾਜਾ ਉਹ ਬਹੁਤ ਧਿਆਨ ਨਾਲ ਦੇਣਾ ਚਾਹੀਦਾ ਤੇ ਮੇਰੀ ਗੱਲ ਵਿੱਚ ਤੇ ਦੀਪ ਸਿੱਧੂ ਦੀ ਗੱਲ ਦੇ ਵਿੱਚ ਕੀ ਫਰਕ ਹੈ ਅੱਜ ਸਾਡੇ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਕਿਸਾਨ ਮਰੇ ਸੀ ਉਹ ਸ਼ਹੀਦ ਨਹੀਂ ਆ ਤੁਸੀਂ ਕਹਿੰਦੇ ਹੋ ਕਿਉਂਕਿ ਤੁਸੀਂ ਗੁਰੂ ਸਾਹਿਬ ਦੀ ਗੱਲ ਕਰ ਰਹੇ ਹੋ ਸਾਬਜ਼ਾਦਾਂ ਦੀ ਗੱਲ ਕਰ ਰਹੇ ਹੋ ਮੈਂ ਉਹਨਾਂ ਨੂੰ ਸ਼ਹੀਦ ਗਿਣਦਾ ਕਿਉਂਕਿ ਮੇਰੇ ਹੱਥਾਂ 'ਚ ਉਹਨਾਂ ਦੀ ਮੌਤ ਹੋਈ ਆ ਬੋਤਿਆਂ ਦੀ ਸਾਨੂੰ ਪਤਾ ਉਹ ਕਿਹੜੇ ਹਾਲਾਤਾਂ ਦੇ ਵਿੱਚ ਇਸ ਦੁਨੀਆ ਨੂੰ ਛੱਡ ਕੇ ਗਿਆ ਯਾਦ ਹੈ ਉਹ ਗੱਲ ਯਾਦ ਹੈ ਕਿ ਨਹੀਂ ਯਾਦ ਆ ਤੇ ਨਹੀਂ ਯਾਦ ਆ ਤੇ ਉਹ ਵੀਡੀਓ ਜ਼ਰੂਰ ਵੇਖਿਓ ਤੇ ਮੇਰੀ ਗੱਲ ਦੇ ਵਿੱਚ ਤੇ ਦੀਪ ਸਿੱਧੂ ਦੀ ਗੱਲ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਆ ਅਸੀਂ ਕਿੰਨੂੰ ਸ਼ਹੀਦ ਕਹਿੰਨੇ ਆ ਉਹ ਦੱਤੀਆਂ ਰੱਖੋ ਤੁਹਾਡੇ ਬੱਚਿਆਂ ਨੇ ਜਦੋਂ ਇਤਿਹਾਸ ਪੜ੍ਹਨਾ ਉਹਨਾਂ ਨੇ ਵੇਖਣਾ ਹਾਂ ਗੁਰੂ ਸਾਹਿਬ ਸ਼ਹੀਦ ਹੋਏ ਸੀ ਸਾਡੀ ਕੌਮ ਦੇ ਲਈ ਕਰਤਾਰ ਸਿੰਘ ਸਰਾਬੇ ਬਾਰੇ ਪੜਨਗੇ ਭਗਤ ਸਿੰਘ ਬਾਰੇ ਪੜਨਗੇ ਕਿਤੇ ਉਹ ਕਨਫਿਊਜ਼ਡ ਨਾ ਹੋ ਜਾਣ ਕਿ ਸ਼ਹੀਦੀ ਦਾ ਮਤਲਬ ਕੀ ਕਿਸਾਨੀ ਇਨਦੋਲਨ ਦੇ ਵਿੱਚ ਜਿਹੜੇ ਸਾਡੇ ਬਜ਼ੁਰਗ ਸ਼ਹੀਦ ਹੋਏ ਸੀ ਉਹਨਾਂ ਬਾਰੇ ਪੜਨਗੇ ਕਿੰਦਾ ਸਾਲ ਸਾਲ ਸੜਕਾਂ ਦੇ ਉੱਤੇ ਸੁੱਤੇ ਕਰ ਛੱਡ ਕੇ ਆਪਣੀਆਂ ਸੜਕਾਂ ਦੇ ਉੱਤੇ ਸੁੱਤੇ ਉਹ ਸ਼ਹੀਦ ਸੀ। ਛੀ ਦਾ ਦਰਜਾ ਕਿੰਨੂੰ ਦੇਣਾ ਇਹ ਸੋਚ ਸਮਕੇ ਦੋ ਮੈਂ ਨਹੀਂ ਕਹਿੰਦਾ ਇਹ ਦੀਪ ਸਿੱਧੂ ਨੇ ਆਪ ਕਿਹਾ ਸੀ ਉਹਦੀ ਵੀਡੀਓ ਤੇ ਵੇਖੋ ਉਹਨੇ ਆਪ ਤੁਹਾਨੂੰ ਦੱਸ ਕੇ ਗਿਆ ਸੀ ਉਹਨੇ ਕਿਹਾ ਸੀ ਸ਼ਹੀਦਾਂ ਦਾ ਦਰਜਾ ਡਲੂਟ ਨਾ ਕਰੋ ਤੇ ਤੁਸੀਂ ਆਉਂਦੇ ਹੋ ਕਿ ਅਸੀਂ ਦੀਪ ਸਿੱਧੂ ਨੂੰ ਬੜਾ ਮੰਨਦੇ ਆਂ ਉਹਦੀ ਸੋਚ ਤੇ ਪੈਰਾ ਦਵਾਂਗੇ ਸੋਚ ਤੇ ਪੈਰਾ ਦੋ ਕਿ ਕਿਉਂ ਦੇ ਨਾਂ ਤੇ ਪੈਸਾ ਕਮਾਉਣਾ ਚਾਹੁੰਦੇ ਹੋ ਉਦੇ ਨਾਂ ਤੇ ਗਲਤ ਕੰਮ ਕਰਨਾ ਚਾਹੁੰਦੇ ਹੋ ਸੋਸ਼ਲ ਤੇ ਪੈਰਾ ਦਿੱਤਾ ਨਹੀਂ ਆ ਸ਼ਹੀਦ ਵਾਲੀ ਵੀਡੀਓ ਤੁਹਾਡੇ ਸਾਹਮਣੇ ਪਈ ਹੈ YouTube ਤੇ ਪਈ ਹੈ ਜਦ ਮਰਜੀ ਕੱਢ ਲਓ ਜਦੋਂ ਉਹਨੇ ਨਿਆਂਗ ਸਿੰਘਾਂ ਦੇ ਵਿੱਚ ਖਲੋ ਕੇ ਕਿਹਾ ਸੀ ਕਿ ਮੈਂ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਲੋਕ ਮਰੇ ਆ ਉਹਨਾਂ ਨੂੰ ਸ਼ਹੀਦ ਨਹੀਂ ਗਿੰਦਾ ਉਸੇ ਵੇਲੇ ਉਹਨਾਂ ਦਾ ਵਿਰੋਧ ਹੋ ਗਿਆ ਸੀ ਬਾਅਦ ਵਿੱਚ ਉਹਨਾਂ ਨੇ ਐਕਸਪਲੇਨੇਸ਼ਨ ਦਿੱਤੀ ਆਪਣੀ ਵੀਡੀਓ ਪਾਈ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਮੈਂ ਇਹ ਕਿਉਂ ਨਹੀਂ ਕਰਦਾ ਇਨਨਾਂ ਨੂੰ ਕਿਉਂ ਨਹੀਂ ਸ਼ਹੀਦ ਗਿਣਦਾ ਉਹ ਵੀਡੀਓ ਵੇਖ ਲਿਓ ਇੱਕ ਵਾਰੀ ਵੀਡੀਓ ਵੇਖ ਕੇ ਫਿਰ ਮੇਰੀ ਦੁਬਾਰਾ ਵੀਡੀਓ ਵੇਖਿਓ ਜਿਹੜੀ ਮੈਂ ਕੋਲ ਦੁਬਾਰਾ ਸਾਹ ਵਿੱਚ ਬਣਾਈ ਆ ਕੋਈ ਜ਼ਿਆਦਾ ਫਰਕ ਨਹੀਂ ਉਹਦੇ ਵਿੱਚ ਬਾਕੀ ਜਿਹੜੀ ਤੁਸੀਂ ਗੱਲ ਕਰਦੇ ਹੋ ਉਹਨਾਂ ਦੇ ਜਵਾਬ ਮੈਂ ਕਿੰਨੇ ਕੇ ਜਵਾਬ ਦੇ ਦੂੰ ਮੈਂ ਕੋਈ ਫਾਇਦਾ ਨਹੀਂ ਸ਼ੇਰ ਤੇ ਮਾਰ ਕੇ ਮਾਰਾ ਮਾਰ ਕੇ ਤੁਰ ਕੇ ਗਿੱਦੜ ਕਰਨ ਕੋਲਣਾ ਉਹ ਗੱਲਾਂ ਇਟਸ ਫਾਈਨ ਓਕੇ ਆ ਅਸੀਂ ਦਿੱਲੀ ਵਿੱਚ ਵੀ ਨਹੀਂ ਕਦੀ ਪ੍ਰਵਾਹ ਕੀਤੀ ਸੀ ਕਿਸੇ ਜੀ ਸੱਚ ਦਾ ਪਹਿਰਾ ਦਿੱਤਾ ਸੀ ਸੱਚ ਤੇ ਪਹਿਰਾ ਦਿੱਤਾ ਸੀ ਕਿਸਾਨਾਂ ਨਾਲ ਖਲੋਤੇ ਆਂ ਕਿਸਾਨਾਂ ਨਾਲ ਖਲੋਤੇ ਰਵਾਂਗੇ ਪੰਜਾਬ ਦੇ ਨਾਲ ਖਲੋਤੇ ਆਂ ਪੰਜਾਬੀਆਂ ਨਾਲ ਖਲੋਤੇ ਰਵਾਂਗੇ ਸਿੱਖਾਂ ਦੇ ਨਾਲ ਖਲੋਤੇ ਆਂ ਹਿੰਦੂਆ ਦੇ ਨਾਲ ਖਲੋਤੇ ਆਂ ਮੁਸਲਮਾਨਾਂ ਦੇ ਨਾਲ ਖਲੋਤੇ ਆਂ ਜਿਹੜੇ ਕੋਈ ਵੀ ਧਰਮ 'ਚ ਮਿਸ਼ਵਾਸ਼ ਨਹੀਂ ਕਰਦੇ ਉਹਨਾਂ ਦੇ ਨਾਲ ਵੀ ਖਲੋਤੇ ਆਂ ਉਹਨਾਂ ਦਾ ਉਹਨਾਂ ਦੀ ਰਿਸਪੈਕਟ ਕਰਦੇ ਆਂ ਕਰਦੇ ਰਵਾਂਗੇ ਤੇ ਜਿਹੜੇ ਲੋਕ ਸਾਡੇ ਧਰਮ ਦੇ ਖਿਲਾਫ ਸਾਡੀ ਸੋਚ ਦੇ ਖਿਲਾਫ ਖੜੇ ਹੋਣ ਦੀ ਕੋਸ਼ਿਸ਼ ਕਰਨਗੇ ਉਹਨਾਂ ਦੇ ਨਾਲ ਲੜਦੇ ਰਵਾਂਗੇ ਔਰ ਇੱਕ ਗੱਲ ਹੋਰ ਯਾਦ ਰੱਖਿਓ ਜਿਹੜੇ ਲੋਕ 12 ਮਹੀਨਿਆਂ ਤੋਂ ਵੱਧ ਸਰਕਾਰਾਂ ਤੋਂ ਨਹੀਂ ਡਰੇ ਉਹਨਾਂ ਬਾਰਡਰਾਂ ਤੇ ਬੈਠੇ ਰਹੇ ਜਦੋਂ ਤੁਸੀਂ ਆਪਣੇ ਘਰਾਂ 'ਚ ਬੈਠੇ ਸੀ ਉਦੋਂ ਨਹੀਂ ਮਾੜਾ ਬੋਲਿਆ ਸਾਡੇ ਬਾਰੇ ਅਹੀਂ ਤੇ ਇਹੋ ਗੱਲਾਂ ਹੀ ਉਦੋਂ ਕਰਦੇ ਹਾਂ ਉਹਦੋਂ ਨਹੀਂ ਮਾੜਾ ਬੋਲਦੇ ਹੀ ਅੱਜ ਕਿਦਾਂ ਮਾੜਾ ਬੋਲਦੇ ਔਰ ਮੈਂ ਹੈਰਾਨ ਆ ਉਹਨਾਂ ਲੋਕਾਂ ਤੇ ਜਿਹੜੇ ਚੁੱਪ ਬੈਠੇ ਆ ਮਾੜਾ ਆ ਨਾ ਤੁਹਾਡੇ ਤੇ ਖਾਸ ਕਰਕੇ ਜੇ ਤੁਸੀਂ ਦੀਪ ਸਿੱਧੂ ਨੂੰ ਪਿਆਰ ਕਰਦੇ ਹੋ ਦੀਪ ਸਿੱਧੂ ਦੀ ਤੇ ਆਪ ਦੀ ਸੋਚ ਕਿੱਥੇ ਸੀ ਸ਼ਹੀਦਾਂ ਉੱਪਰ ਇੱਕ ਵਾਰੀ ਉਹ ਵੀਡੀਓ ਤੇ ਵੇਖ ਲੈਂਦੇ ਮੈਂ ਥੋੜੀ ਕਿਹਾ ਉਹ ਬਾਈ ਨੇ ਆਪ ਕਹਿ ਕੇ ਗਿਆ ਸੋ ਯੂ نو ਮੈਂ ਇੰਨਾ ਹੀ ਕਹੂੰਗਾ ਕਿ ਜੇ ਤੁਸੀਂ ਜਦੋਂ ਕਿਸੇ ਬਾਰੇ ਕਿਸੇ ਨੂੰ ਪਿਆਰ ਕਰਦੇ ਹੋ ਜੇ ਤੁਸੀਂ ਕਿਸੇ ਬਾਰੇ ਆਪਣਾ ਕਿਸੇ ਨੂੰ ਹੀਰੋ ਬਣਾਉਂਦੇ ਹੋ ਪਹਿਲਾਂ ਉਹਨਾਂ ਬਾਰੇ ਪੜੋ ਜਰੂਰ ਕਿ ਉਹ ਉਹਨਾਂ ਦੀ ਕੀ ਸੋਚ ਸੀ ਕਿਤੇ ਉਹ ਨਾ ਹੋਵੇ ਤੁਸੀਂ ਉਹਨਾਂ ਦੀ ਸੋਚ ਤੇ ਉਲਟ ਹੋ ਜਾਓ ਕਿਉਂਕਿ ਉਹਨਾਂ ਨੇ ਕਿਹਾ ਸੀ ਕਿਸਾਨੀ ਅੰਦੋਲਨ ਵਿੱਚ ਜਿਹੜੇ ਲੋਕ ਮਰੇ ਆ ਉਹ ਸ਼ਹੀਦ ਨਹੀਂ ਆ ਔਰ ਉਹਦੀ ਐਕਸਪਲੇਨੇਸ਼ਨ ਦਿੱਤੀ ਸੀ 773 ਜਿਹੜੇ ਸ਼ਹੀਦ ਹੋਏ ਸੀ ਉਹ ਸ਼ਹੀਦ ਨਹੀਂ ਸੀ ਠੀਕ ਹੈ ਸੋ ਯੂ نو ਇਟਸ ਅਪ ਟੂ ਯੂ ਮੈਨ ਇਫ ਯੂ ਵਾਂਟ ਟੂ ਕ੍ਰੀਏਟ ਹੇਟ ਯੂ ਕੈਨ ਜਿਤਨੀ ਵੀ ਹੇਟ ਕ੍ਰੀਏਟ ਕਰਨੀ ਆ ਪਰ ਮੈਂ ਸੱਚੀ ਕਿਸੇ ਦੀ ਡਿਸਰੈਸਪੈਕਟ ਨਹੀਂ ਕੀਤੀ ਬੜੇ ਪਿਆਰ ਨਾਲ ਗੱਲ ਕੀਤੀ ਆ ਪਰ ਕਿਵਰੀ ਯੂ نو ਸੱਚੀਆਂ ਗੱਲਾਂ ਚੁਪਦੀਆਂ ਸੱਚੀਆਂ ਗੱਲਾਂ ਚੁਪਦੀਆਂ ਕਿਉਂਕਿ 26 ਨੂੰ ਰਾਤ ਨੂੰ ਅਸੀਂ ਉੱਥੇ ਹੀ ਸਾਂ 27 ਨੂੰ ਵੀ ਉੱਥੇ ਸਾਂ 28 ਨੂੰ ਵੀ ਉੱਥੇ ਸਾਂ ਸਾਰੀ ਦੁਨੀਆ ਨੂੰ ਪਤਾ ਕਿੱਦਾਂ ਗੇਮਾਂ ਖੇਡੀਆਂ ਕਿਹੜੇ ਲੋਕਾਂ ਨੇ ਗੇਮਾਂ ਖੇਡੀਆਂ ਕਿਹੜੇ ਲੋਕਾਂ ਕਰਕੇ ਸਾਡੇ ਲੋਕਾਂ ਨੂੰ ਸ਼ਹਾਦਤ ਦੇਣੀ ਪਈ ਸਾਡੇ ਲੋਕਾਂ ਨੂੰ ਸਫਰ ਕਰਨਾ ਪਿਆ ਸਾ ਇੱਕ ਕਿਸੇ ਤੋਂ ਛੁਪੀ ਨਹੀਂ ਗੱਲ ਇਤਿਹਾਸ ਨਾਲ ਨਾਲੀਆ ਤੁਸੀਂ ਇਤਿਹਾਸ ਨੂੰ ਟੇਡਾ ਮੇਡਾ ਨਹੀਂ ਕਰ ਸਕਦੇ ਅਜੇ ਤੇ ਸਾਲ ਵੀ ਨਹੀਂ ਹੋਇਆ ਸਾਰਾ ਕੁਝ ਫਰੈਸ਼ ਆ ਠੀਕ ਹੈ ਤੁਸੀਂ ਉਹ ਹਿਟਲਰ ਦੀ ਥਿਉਰੀ ਵਰਤ ਸਕਦੇ ਹੋ ਉਹਦਾ ਜਨਰਲ ਜਿਹੜਾ ਦਾ ਹੀ 100 ਵਾਰੀ ਝੂਠ ਬੋਲੋ ਤੇ ਲੋਕ ਵਿਸ਼ਵਾਸ ਕਰਨ ਲੱਗ ਪੈਂਦੇ ਆ ਤੁਸੀਂ ਐਂ ਕਰ ਰਹੇ ਹੋ ਮੈਨੂੰ ਪਤਾ ਸੋਸ਼ਲ ਮੀਡੀਆ ਤੇ ਫੇਕ ਅਕਾਊਂਟ ਖੋਲ੍ਹ ਕੇ ਉਸੇ ਵળે ਥੱਲੇ ਵੀਡੀਓਜ਼ ਦੇ ਉੱਪਰ ਕਮੈਂਟ ਕਰ ਦਿੰਦੇ ਹੋ ਜੇ ਕੋਈ ਐਂਟੀ ਕਮੈਂਟ ਕਰਦਾ ਉਹਦੇ ਉੱਪਰ ਵੀ ਕਮੈਂਟ ਕਰਦੇ ਕਿ ਕੋਈ ਬੋਲ ਨਾ ਸਕੇ ਕਿ ਚੁੱਪ ਕਰਾ ਦਿਓ ਸਾਰਿਆਂ ਨੂੰ ਪਰ ਯਾਦ ਰੱਖਿਓ ਜਿਹੜੇ ਲੋਕ ਸਰਕਾਰਾਂ ਤੋਂ ਨਹੀਂ ਡਰੇ 12-12 ਮਹੀਨੇ ਉਹਨਾਂ ਬਾਰਡਰਾਂ ਤੇ ਠੰਡ ਚ ਗਰਮੀਆਂ ਚ ਧੁੱਪ ਚ ਡੇਂਗੇ ਚ ਮਲੇਰੀਆ ਚ ਕੋਵਿਡ ਚ ਤਾਂ ਉਹ ਬੈਰੀਕੇਡਾਂ ਤੇ ਸੋਟੀਆਂ ਚ ਉਹ ਜਿਹੜੀਆਂ ਟੀਅਰ ਗੈਸਾਂ ਤੋਂ ਉਹ ਤੋਂ ਨਹੀਂ ਡਰੇ ਤੇ ਤੁਹਾਡੀਆਂ ਗੱਲਾਂ ਤੋਂ ਡਰ ਕੇ ਕਿਥੇ ਉਹ ਚੁੱਪ ਰਹਿ ਜਾਣਗੇ ਸਾਡੀ ਕੌਮ ਸਾਨੂੰ ਪਿਆਰੀ ਆ ਸਾਡੀ ਸਿੱਖੀ ਸਾਨੂੰ ਪਿਆਰੀ ਆ ਸਾਡੇ ਸ਼ਹੀਦ ਸਾਨੂੰ ਪਿਆਰੇ ਆ ਅਸੀਂ ਕਿੰਨਾਂ ਨੂੰ ਸ਼ਹੀਦਾਂ ਦਾ ਦਰਜਾ ਦਿੰਨੇ ਆ ਇਦਾ ਧਿਆਨ ਰੱਖਣਾ ਚਾਹੀਦਾ ਤੁਹਾਨੂੰ ਵੀ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਆਉਣ ਵਾਲੀਆਂ ਨਸਲਾਂ ਦੇ ਲਈ ਬਾਕੀ ਜਿਹੜਾ ਨਵਾਂ ਹੀ ਇੱਕ ਕੰਮ ਸ਼ੁਰੂ ਕੀਤਾ ਕਾਮਰੇਡ ਦੇ ਕਾਮਰੇਡ 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 ਆਮ ਨਾ ਸ਼ੋਰ ਮੈਨੂੰ ਪਤਾ ਨਹੀਂ ਮੈਨੂੰ ਇਹ ਦੀ ਐਕਸਪਲੇਨੇਸ਼ਨ ਮੈਨੂੰ ਲੱਗਦਾ ਮੈਂ ਮੈਂ ਦਊਂਗਾ ਕਿਸੇ ਟਾਈਮ ਤੇ ਕਿ ਇਹ ਇਹ ਟੈਗ ਕਿਉਂ ਵਰਤਿਆ ਜਾ ਰਿਹਾ ਮੈਂ ਹੁਣ ਇਹਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕਿ ਇੱਕ ਅਮਰੀਕਾ ਵਿੱਚ ਰਹਿੰਦੇ ਡਾਕਟਰ ਨੂੰ ਜਿਹੜਾ ਕਦੀ ਇੰਡੀਆ ਜਾਂਦਾ ਨਹੀਂ ਦਾ ਗਿਆਨੀ ਸੀ 10 ਸਾਲਾਂ ਦੇ ਇੱਥੇ ਆ ਗਿਆ ਅਮਰੀਕਾ ਇੱਕ ਕੈਪਟਲਿਸਟ ਕੰਟਰੀ ਵਿੱਚ ਰਹਿ ਰਹੇ ਬੰਦੇ ਨੂੰ ਕਾਮਰੇਡ ਦਾ ਟੈਗ ਜਿਹੜਾ ਦੇ ਰਹੇ ਆ ਉਹਦਾ ਰੀਜ਼ਨ ਕੀ ਹੈ ਇਹੋ ਹੀ ਜਿਹੜਾ ਟੈਗ ਸੀ ਇਹ ਹਿੰਦੂ ਜਿਹੜੇ ਆਰਐਸਐਸ ਦੇ ਜਿਹੜੇ ਬੰਦੇ ਆ ਉਹ ਜੀਐਨਯੂ ਦੇ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਦਿੰਦੇ ਆ ਕਿ ਉਹ ਉਹਨਾਂ ਲੋਕਾਂ ਖਿਲਾਫ ਬੋਲਦੇ ਆ ਜਿਹੜੇ ਧਰਮ ਦੀ ਸ਼ਾਂ ਥੱਲੇ ਸ਼ਾਂ ਲੈ ਕੇ ਗਲਤ ਕੰਮ ਕਰਦੇ ਆ ਉਹੀ ਕੰਮ ਜਿਹੜਾ ਆਰਐਸਐਸ ਕਰਦੀ ਆ ਅੱਜ ਪੰਜਾਬ ਦੇ ਵਿੱਚ ਕੁਝ ਲੋਕ ਕਰ ਰਹੇ ਨੇ ਜਿਹੜਾ ਵੀ ਬੰਦਾ ਅੰਧਵਿਸ਼ਵਾਸ ਦੇ ਖਿਲਾਫ ਬੋਲਦਾ ਜਿਹੜਾ ਵੀ ਬੰਦਾ ਗਲਤ ਦੇ ਖਿਲਾਫ ਬੋਲਦਾ ਜਿਹੜਾ ਵੀ ਬੰਦਾ ਚਾਹੁੰਦਾ ਜੇ ਸਿੱਖੀ ਔਲਾ ਤੇ ਚੱਲਣਾ ਸਾਡੇ ਗੁਰੂ ਸਾਹਿਬ ਨੇ ਜਿਹੜੇ ਸਾਨੂੰ ਸੂਤ ਦਿੱਤੇ ਸੀ ਗੁਰੂ ਨਾਨਕ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਔਲਾ ਤੇ ਗੁਰੂ ਗ੍ਰੰਥ ਸਾਹਿਬ ਦੇ ਸੂਤ ਨਾਲ ਚੱਲਣਾ ਉਹਨਾਂ ਨੂੰ ਹੁਣ ਕਾਮਰੇਡ ਕਹਿਣਾ ਸ਼ੁਰੂ ਕਰਤਾ ਔਰ ਇੰਨੀ ਨਫ਼ਰਤ ਪੈਦਾ ਕਰ ਦੋ ਲੋਕਾਂ ਦੇ ਦਿਮਾਗਾਂ 'ਚ ਕੀ ਬਸ ਕਾਮਰੇਡ ਕਹਿਣਾ ਕਿਸੇ ਦੀ ਗੱਲ ਸੁਣਦੀ ਲੋੜ ਨਹੀਂ ਇਹ ਗੱਲਾਂ ਜਿਹੜੀਆਂ ਨੇ ਇਹ ਗੱਲਾਂ ਤੁਸੀਂ ਸਿੱਖੀਆਂ ਆਰਐਸਐਸ ਤੋਂ ਤੁਸੀਂ ਉਹ ਆਰਐਸਐਸ ਦੇ ਏਜੰਟ ਕਿਉਂਕਿ ਉਹੋ ਹੀ ਚੀਜ਼ਾਂ ਜਿਹੜੀਆਂ ਉਹ ਆਰਐਸਐਸ ਕਰ ਰਹੀ ਸੀ ਦਿੱਲੀ ਦੇ ਵਿੱਚ ਜੀਐਨਯੂ ਦੇ ਸਟੂਡੈਂਟਸ ਨਾਲ ਅਲੱਗ-ਅਲੱਗ ਸਟੂਡੈਂਟਸ ਨਾਲ ਸਾਊਥ-ਈਸਟ ਸਟੂਡੈਂਟਸ ਨਾਲ ਉਹੋ ਹੀ ਕੰਮ ਤੁਸੀਂ ਉਹ ਪੰਜਾਬ ਦੇ ਵਿੱਚ ਸ਼ੁਰੂ ਕਰਤਾ ਜਿਹੜੇ ਲੋਕਾਂ ਨੂੰ ਪਤਾ ਵੀ ਨਹੀਂ ਕਾਮ ਰੈਡੀ ਦੀ ਡੈਫੀਨੇਸ਼ਨ ਕੀ ਆ